ਭਾਰਤੀ ਜਨਤਾ ਪਾਰਟੀ ਨੇ ਹਰਿਆਣਾ 'ਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕੰਗਣਾ ਰਣੌਤ ਵੱਲੋਂ ਦਿੱਤੇ ਇੱਕ ਬਿਆਨ ਤੋਂ ਖੁਦ ਨੂੰ ਵੱਖਰਾ ਕਰ ਲਿਆ। ਜੀ ਹਾਂ, ਹਾਲ ਹੀ ਵਿੱਚ ਕੰਗਣਾ ਰਣੌਤ ਨੇ ਕਿਸਾਨਾਂ ਖਿਲਾਫ ਇੱਕ ਬਿਆਨ ਦਿੱਤਾ ਸੀ, ਜਿਸ ਤੋਂ ਕਿ ਹੁਣ ਪਾਰਟੀ ਨੇ ਕਿਨਾਰਾ ਕਰ ਲਿਆ। ਇਸ ਦੇ ਨਾਲ ਹੀ ਪਾਰਟੀ ਨੇ ਕੰਗਣਾ ਰਣੌਤ ਨੂੰ ਚੇਤਾਵਨੀ ਦਿੱਤੀ ਹੈ ਅਤੇ ਕਿਹਾ ਹੈ ਕਿ ਕੰਗਣਾ ਰਣੌਤ ਅਜਿਹੇ ਨੀਤੀਗਤ ਮਾਮਲਿਆਂ 'ਤੇ ਬਿਆਨ ਦੇਣ ਲਈ ਅਧਿਕਾਰਿਕ ਨਹੀਂ ਹੈ। ਭਾਜਪਾ ਨੇ ਕੰਗਣਾ ਦੇ ਬਿਆਨ 'ਤੇ ਕਿਹਾ ਹੈ ਕਿ ਭਾਜਪਾ ਕੰਗਣਾ ਰਣੌਤ ਦੇ ਬਿਆਨ ਨਾਲ ਅਸਹਿਮਤੀ ਪ੍ਰਗਟਾਉਂਦੀ ਹੈ। ਪਾਰਟੀ ਵੱਲੋਂ ਕੰਗਣਾ ਰਣੌਤ ਨੂੰ ਪਾਰਟੀ ਦੇ ਨੀਤੀਗਤ ਮੁੱਦਿਆਂ 'ਤੇ ਬੋਲਣ ਦੀ ਨਾ ਤਾਂ ਇਜਾਜ਼ਤ ਹੈ ਅਤੇ ਨਾ ਹੀ ਅਧਿਕਾਰ ਹੈ। ਜੀ ਹਾਂ, ਪਾਰਟੀ ਵੱਲੋਂ ਇੱਕ ਪੱਤਰ ਜਾਰੀ ਕੀਤਾ ਗਿਆ ਹੈ ਜਿਸ ਵਿੱਚ ਕੰਗਣਾ ਰਣੌਤ ਨੂੰ ਪਾਰਟੀ ਵੱਲੋਂ ਅਜਿਹੇ ਬਿਆਨ ਨਾ ਦੇਣ 'ਤੇ ਚੇਤਾਵਨੀ ਦਿੱਤੀ ਗਈ ਹੈ। ਭਾਜਪਾ ਨੇ ਕਿਹਾ ਹੈ ਕਿ ਭਾਰਤੀ ਜਨਤਾ ਪਾਰਟੀ ਨੇ ਕੰਗਣਾ ਰਣੌਤ ਨੂੰ ਭਵਿੱਖ ਵਿੱਚ ਅਜਿਹਾ ਕੋਈ ਬਿਆਨ ਨਾ ਦੇਣ ਦਾ ਨਿਰਦੇਸ਼ ਦਿੱਤਾ ਹੈ। ਪਾਰਟੀ ਨੇ ਅੱਗੇ ਕਿਹਾ ਹੈ ਕਿ ਭਾਰਤੀ ਜਨਤਾ ਪਾਰਟੀ ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ ਅਤੇ ਸਬਕਾ ਪ੍ਰਯਾਸ ਦੀਆਂ ਸਮਾਜਿਕ ਸਦਭਾਵਨਾਵਾਂ ਅਤੇ ਸਿਧਾਂਤਾਂ ਦੀ ਪਾਲਣਾ ਕਰਨ ਲਈ ਪੂਰੀ ਤਰ੍ਹਾਂ ਦ੍ਰਿੜ ਹੈ। ਦੱਸ ਦਈਏ ਕਿ ਕੰਗਣਾ ਰਣੌਤ ਵੱਲੋਂ ਹਾਲ ਹੀ ਵਿੱਚ ਕਿਸਾਨਾਂ ਖਿਲਾਫ ਬਿਆਨ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਹੁਣ ਪਾਰਟੀ ਨੇ ਇਸ ਬਿਆਨ ਤੋਂ ਖੁਦ ਨੂੰ ਵੱਖ ਕਰ ਲਿਆ। ਉੱਧਰ ਪਾਰਟੀ ਵੱਲੋਂ ਇਸ ਬਿਆਨ ਦੀ ਨਿਖੇਧੀ ਕਰਦਿਆਂ ਹੀ ਕਿਸਾਨ ਐਕਟਿਵ ਹੋ ਗਏ ਨੇ। ਕਿਸਾਨ ਆਗੂ ਸਰਵਣ ਸਿੰਘ ਪਨੇਰ ਨੇ ਮੰਗ ਕੀਤੀ ਹੈ ਕਿ ਜਦੋਂ ਹੁਣ ਭਾਜਪਾ ਨੇ ਖੁਦ ਨੂੰ ਕੰਗਣਾ ਰਣੌਤ ਦੇ ਬਿਆਨ ਤੋਂ ਵੱਖ ਕਰ ਲਿਆ ਤਾਂ ਅਜਿਹੇ ਵਿੱਚ ਕੰਗਣਾ ਰਣੌਤ ਨੂੰ ਕਿਸਾਨਾਂ ਕੋਲੋਂ ਮੁਆਫ਼ੀ ਮੰਗਣੀ ਚਾਹੀਦੀ ਹੈ। ਮੈਂ ਸਰਵਣ ਸਿੰਘ ਪਨੇਰ ਇਸ ਸਮੇਂ ਸ਼ੰਭੂ ਮੋਰਚੇ ਸੇ ਬੋਲ ਰਹਾ ਹੂੰ, ਜੋ ਭਾਜਪਾ ਕੇ ਪਾਰਟੀ ਨੇ ਨੈਸ਼ਨਲ ਲੈਵਲ ਪਰ ਕੰਗਣਾ ਰਣੌਤ ਜੀ ਕੇ ਬਿਆਨ ਸੇ ਕਿਨਾਰਾ ਕਰ ਲਿਆ ਹੈ। ਲੇਕਿਨ ਭਾਜਪਾ ਕੀ ਐਮ ਪੀ ਹੈ ਕੰਗਣਾ ਰਣੌਤ, ਤੋ ਉਸਕੇ ਉੱਪਰ ਜਾਪਤਾ ਕਾਰਵਾਈ ਹੋਣੀ ਚਾਹੀਏ। ਅਗਰ ਭਾਜਪਾ ਯਹ ਮਾਨਤੀ ਹੈ ਕਿ ਇਹ ਬਿਆਨ ਉਚਿਤ ਨਹੀਂ ਹੈ, ਗਲਤ ਦਿਆ ਗਿਆ ਬਿਆਨ ਹੈ, ਤੋ ਉਨਕੇ ਉੱਪਰ ਪਾਰਟੀ ਕੋ ਜਾਪਤਾ ਕਾਰਵਾਈ ਕਰਨੀ ਚਾਹੀਏ ਔਰ ਉਨ੍ਹੇ ਬੋਲਣਾ ਚਾਹੀਏ ਪਾਰਟੀ ਕੋ ਕਿ ਕੰਗਣਾ ਰਣੌਤ ਇਸ ਬਿਆਨ ਕੇ ਉੱਪਰ ਖੁਦ ਮਾਫ਼ੀ ਮਾਂਗੇ ਔਰ ਕੰਗਣਾ ਰਣੌਤ ਜੀ ਕੋ ਮਾਫ਼ੀ ਮਾਂਗਣੀ ਚਾਹੀਏ। ਜਿਸ ਤਰ੍ਹਾਂ ਸੇ ਕੱਲ ਡੱਲੇਵਾਲ ਜੀ ਕੋ ਦਿੱਲੀ ਏਅਰਪੋਰਟ ਪਰ ਉੱਪਰ ਰੋਕਾ ਗਿਆ, ਇਹ ਨਿੰਦਨੀਯ ਹੈ। ਐਸੀ ਐਸਾ ਰੋਕਾ ਰਕਾਈ ਨਹੀਂ ਹੋਣੀ ਚਾਹੀਏ। ਹਮ ਵੀ ਇਸ ਦੇਸ਼ ਕੇ ਨਾਗਰਿਕ ਹੈ, ਹਮੇ ਵੀ ਬਾਹਰ ਜਾ ਕੇ ਪ੍ਰਚਾਰ ਕਰਨੇ ਕਾ ਹੱਕ ਹੈ ਔਰ 31 ਅਗਸਤ ਕੋ ਲਾਖੋਂ ਕਿਸਾਨੋਂ ਮਜ਼ਦੂਰੋਂ ਕੇ ਇਕੱਠ ਇਨ ਬਾਰਡਰੋਂ ਪਰ ਹੋਗੇ। ਸਭੀ ਦੇਸ਼ਵਾਸੀਓਂ ਕੋ ਉੱਤਰ ਭਾਰਤ ਕੇ ਸਭੀ ਰਾਜਿਓਂ ਕੇ ਕਿਸਾਨ ਮਜ਼ਦੂਰ ਮਾਤਾਓਂ ਬਹਿਨੋਂ ਕੋ ਅਪੀਲ ਕਰ ਰਹੇ, ਅਧਿਕ ਸੇ ਅਧਿਕ 31 ਅਗਸਤ ਕੋ ਬਾਰਡਰੋਂ ਪਰ ਪਹੁੰਚੇ। ਧੰਨਵਾਦ। ਤਾਂ ਦੱਸ ਦਈਏ ਕਿ ਕੰਗਣਾ ਰਣੌਤ ਨੇ ਹਾਲ ਹੀ ਵਿੱਚ ਇੱਕ ਅਖਬਾਰ ਨੂੰ ਇੰਟਰਵਿਊ ਦਿੱਤਾ ਸੀ ਜਿਸ ਵਿੱਚ ਉਹਨਾਂ ਕਿਹਾ ਸੀ ਕਿ ਜੋ ਬੰਗਲਾਦੇਸ਼ ਵਿੱਚ ਹੋਇਆ ਹੈ ਉਹ ਇੱਥੇ ਯਾਨੀ ਕਿ ਭਾਰਤ ਵਿੱਚ ਹੁੰਦੇ ਵੀ ਦੇਰ ਨਹੀਂ ਲੱਗਦੀ ਜੇਕਰ ਸਾਡੀ ਚੋਟੀ ਦੀ ਲੀਡਰਸ਼ਿਪ ਮਜ਼ਬੂਤ ਨਾ ਹੁੰਦੀ। ਦਰਅਸਲ ਕੰਗਣਾ ਰਣੌਤ ਕਿਸਾਨ ਅੰਦੋਲਨ ਬਾਰੇ ਬੋਲ ਰਹੇ ਸੀ, ਜਿਸ 'ਤੇ ਬੋਲਦਿਆਂ ਕੰਗਣਾ ਨੇ ਕਿਹਾ ਕਿ ਬੰਗਲਾਦੇਸ਼ ਵਿੱਚ ਹਾਲ ਹੀ ਵਿੱਚ ਜੋ ਅੰਦੋਲਨ ਅਤੇ ਸੱਤਾ ਪਰਿਵਰਤਨ ਹੋਇਆ, ਅਜਿਹੇ ਹਾਲਾਤ ਭਾਰਤ ਵਿੱਚ ਵੀ ਕਿਸਾਨ ਅੰਦੋਲਨ ਦੌਰਾਨ ਬਣ ਸਕਦੇ ਸੀ। ਉਹਨਾਂ ਕਿਹਾ ਕਿ ਇੱਥੇ ਜੋ ਕਿਸਾਨ ਅੰਦੋਲਨ ਹੋਏ ਉੱਥੇ ਲਾਸ਼ਾਂ ਲਟਕਦੀਆਂ ਸਨ ਅਤੇ ਉੱਥੇ ਬਲਾਤਕਾਰ ਵੀ ਹੋ ਰਹੇ ਸਨ। ਜਿਸ ਤੋਂ ਬਾਅਦ ਕੰਗਣਾ ਦੇ ਇਸ ਬਿਆਨ ਨੂੰ ਲੈ ਕੇ ਖੂਬ ਘਮਸਾਣ ਹੋਇਆ, ਖੂਬ ਸਿਆਸਤ ਵੀ ਹੋਈ। ਪਰ ਹੁਣ ਕੰਗਣਾ ਦੇ ਇਸ ਬਿਆਨ ਦੇ ਹੁੰਦੇ ਵਿਰੋਧ ਨੂੰ ਦੇਖਦਿਆਂ
ਭਾਜਪਾ ਨੇ ਖੁਦ ਨੂੰ ਇਸ ਬਿਆਨ ਕੋਲੋਂ ਪੂਰੀ ਤਰ੍ਹਾਂ ਵੱਖ ਕਰ ਲਿਆ ਅਤੇ ਕੰਗਣਾ ਨੂੰ ਅੱਗੇ ਤੋਂ ਅਜਿਹਾ ਬਿਆਨ ਨਾ ਦੇਣ ਦੇ ਸਖ਼ਤ ਨਿਰਦੇਸ਼ ਵੀ ਜਾਰੀ ਕੀਤੇ ਗਏ ਨੇ। ਬਿਊਰੋ ਰਿਪੋਰਟ, ਸੈਂਟਰਲ ਪੰਜਾਬ ਟੀਵੀ।